ਜਿਹੜਾ ਇਹ ਤਾਂ ਇਹ ਪਿਆ ਐਮਰੇਟਸ ਡਰਾਈਵਿੰਗ ਸਕੂਲ ਜਿਹੜਾ ਕਿ ਇੱਥੇ ਕਾਰਾਂ ਦਾ ਲਾਇਸੈਂਸ ਵੀ ਇਹ ਪਿਆ ਮੋਟਰਸਾਈਕਲਾਂ ਦਾ ਵੀ ਇਹ ਪਿਆ ਤਾਂ ਜਿਹੜਾ ਮੇਰਾ ਦੋਸਤ ਹੈ ਤਾਂ ਅਸਲਾਮ ਅਲੈਕੁਮ ਕੀ ਹਾਲ ਹੈ ਤੁਸੀਂ ਠੀਕ ਹੈ ਮੈਂ ਖਿਜ਼ਰੇ ਹਾਂ ਅਤੇ ਦੂਸਰੇ ਤੇ ਪਿਓ ਯੂਟਿਊਬ ਚੈਨਲ ਖਿਜ਼ਰੇ ਹਾਂ ਡਬਲ 1 ਡਬਲ 2 ਅਤੇ ਅੱਜ ਜਿਹੜਾ ਇਹ ਤਾਂ ਮੈਂ ਐਮਰੇਟਸ ਡਰਾਈਵਿੰਗ ਸੈਂਟਰ ਸਕੂਲ ਦੇ ਵਿੱਚ ਕਿਉਂਕਿ ਇੱਥੇ ਦੋਸਤ ਮੇਰੇ ਨੇ ਫਾਈਲ ਓਪਨ ਕਰਾਈ ਆਈ ਤਾਂ ਉਹਨੂੰ ਮੈਂ ਗਿਣ ਕੇ ਆਇਆ ਇੱਥੇ ਸਿਆਣਿਆਂ ਦੀ ਕਹਾਵਤ ਇਹ ਪਈ ਕਿ ਇੱਕ ਪਠਾਨ ਆਈ ਨਾ ਪਠਾਨ ਅਤੇ ਉਸਨੇ ਗਾਂ ਜ਼ਿਬਾ ਕਰਨੀ ਆਈ ਤਾਂ ਉਹ ਗਾਂ ਨੂੰ ਛੱਤ 'ਤੇ ਲਈ ਗਿਆ ਕਹਿ ਚੰਗੇ ਬਜ਼ੁਰਗ ਬੰਦੇ ਪੁੱਛਾ ਉਹਦੇ ਕੋਲੋਂ ਕਿ ਬਾਈ ਇਹ ਗਾਂ ਉੱਤੇ ਕਿਉਂ ਚਾੜੀ ਵੰਨੇ ਤਾਂ ਉਸ ਆਖਿਆ ਬਾਈ ਛੁਰੀ ਉੱਪਰ ਪੜਾ ਹੈ ਤਾਂ ਇਹ ਗਾਏ ਉੱਪਰ ਜਾਏਗਾ ਅਤੇ ਇਹਨਾਂ ਦਾ ਕੰਮ ਹੈ ਉਹ ਇਹਨਾਂ ਕਾਰ ਉੱਤੇ ਚਾੜ ਖੜਾਈਏ ਛੱਤ ਦੇ ਉੱਤੇ ਅਤੇ ਜੀ ਐਮਰੇਟਸ ਡਰਾਈਵਿੰਗ ਸੈਂਟਰ ਸਕੂਲ ਜਿਹੜਾ ਤਾਂ ਅਲਕਸੇਸ 'ਚ ਪਿਆ ਤਾਂ ਅੱਜ ਮੈਂ ਇੱਥੇ ਹਾਂ ਪਿਆ ਆਪਣੇ ਮਤਲਬ ਕਿ ਇੱਕ ਦੋਸਤ ਨੂੰ ਲੈ ਕੇ ਆਇਆ ਉਹ ਲੈਕਚਰ ਕਰਿੰਦਾ ਪਏ ਇੱਥੇ ਜਿਹੜਾ ਮੇਰਾ ਦੋਸਤ ਹੈ ਪਿਆ ਤਾਂ ਉਸਨੇ ਕਾਰ ਦੀ ਫਾਈਲ ਓਪਨ ਕਰਾਈਏ ਅਤੇ ਉਹ ਅੱਜ ਲੈਕਚਰ ਕਰਾਉਣ ਆਇਆ ਇਸ ਸਕੂਲ ਦੇ ਵਿੱਚ ਚਾਰ ਲੈਕਚਰ ਥੀ ਚੁੱਕਣ ਅਤੇ ਚਾਰ ਰਹਿ ਚੁੱਕਣ ਜਿਹੜੇ ਚਾਰ ਹਨ ਤਾਂ ਉਹ ਹਾਲੇ ਬ੍ਰੇਕ ਥੀ ਗਈ ਹੈ ਉਹਨਾਂ ਦੀ ਤਾਂ ਉਹ ਬ੍ਰੇਕ ਤੋਂ ਬਾਅਦ ਜਿਹੜਾ ਇਹ ਤਾਂ 4:30 ਵਜੇ ਦਾ ਟਾਈਮ ਦਿੱਤਾ ਨੇ ਕਿ 4:30 ਵਜੇ ਲੈਕਚਰ ਕੰਪਲੀਟ ਥੀ ਵੈਸਨ ਤਾਂ ਇਹ ਬਹੁਤ ਵੱਡਾ ਸਕੂਲ ਹੈ ਪਿਆ ਇੱਥੇ ਅਤੇ ਇਹਨਾਂ ਦੇ ਕੰਮ ਦੇਖੋ ਕਿ ਇੱਕ ਗੱਡੀ ਇਹਨਾਂ ਪੱਥਰਾਂ ਦੇ ਵਿੱਚ ਫਸਾਈਏ ਦੂਜੀ ਗੱਡੀ ਹੈ ਤਾਂ ਉਹ ਛੱਤ 'ਤੇ ਚੜ੍ਹੀ ਖਲੋਤੀ ਹੈ ਬਹੁ ਉੱਚੀ ਗੱਡੀ ਚੜ੍ਹਾਈ ਖਲੋਤਣ ਤਾਂ ਇਹ ਐਮਰੇਟਸ ਡਰਾਈਵਿੰਗ ਸੈਂਟਰ ਸਕੂਲ ਹੈ ਜੀ ਅਤੇ ਮੈਂ ਅੱਜ ਇੱਥੇ ਹਾਂ ਪਿਆ ਅੱਲਾ ਖੈਰ ਕਰੇ ਜਿਵੇਂ ਤਾਂ ਲੈਕਚਰ ਖਤਮ ਥੀ ਸਨ ਤਾਂ ਵੱਲ ਉਹਨੂੰ ਚਾਹ ਕੇ ਅਤੇ ਰੂਮ 'ਤੇ ਵੈਸੋ ਕਿਉਂਕਿ ਉਹ ਜਿਹੜੇ ਲੈਕਚਰ ਹਨ ਤਾਂ ਉਹ ਸਕੂਲ ਦੇ ਵਿੱਚ ਕਰਨੇ ਹਨ ਤਾਂ ਅੱਜ ਉਹਦੇ ਲੈਕਚਰ ਥੀਂਦੇ ਪੈਣ ਇਹ ਦੋਸਤ ਭਰਾ ਜਿਹੜੇ ਵੀ ਹਨ ਤਾਂ ਇਹ ਫਾਈਨਲ ਵਾਲੇ ਨੂੰ ਕੁਝ ਟਰਾਈਆਂ ਦੇ ਬਣਾ ਲੈਣ ਅਤੇ ਇੱਥੇ ਗੱਡੀਆਂ ਦਾ ਲਾਇਸੈਂਸ ਵੀ ਇਹ ਪਿਆ ਅਤੇ ਬਸ ਜਿਹੜਾ ਹੈ ਤਾਂ ਇਹ ਟ੍ਰੇਨਿੰਗ ਵਾਸਤੇ ਕਰੇ ਨੇ ਲੋਕ ਜਿਹੜੇ ਕਿ ਸਿੱਖਦੇ ਪੈਣ ਗੱਡੀਆਂ ਦੇਖੋ ਸਾਹਮਣੇ ਐਮਰੇਟਸ ਵਾਲਿਆਂ ਦੀ ਆਈ ਖਲੋਤੀ ਇੱਕ ਵਹਿੰਦੀ ਵੀ ਪਈ ਹੈ ਤਾਂ ਇੱਥੇ ਮਤਲਬ ਕਿ ਕਲਾਸਾਂ ਵੀ ਥੀਆਂ ਉਸ ਤੋਂ ਬਾਅਦ ਲੈਕਚਰ ਮੈਕਚਰ ਸਾਰਾ ਕੁਝ ਥਾਂ ਹੀ ਥੀਂਦਾ ਹੈ ਤਾਂ ਇਹ ਸਾਹਮਣੇ ਗੱਡੀ ਵਹਿੰਦੀ ਪਈ ਹੈ ਐਮਰੇਟਸ ਵਾਲਿਆਂ ਦੀ ਗੱਡੀ ਹੈ ਤਾਂ ਇਹਨਾਂ ਦੀ ਜਿਹੜੀ ਫਾਈਲ ਹੈ ਤਾਂ ਉਹ ਕਾਰ ਦੀ 7200 ਵਿੱਚ ਕੰਟਰੈਕਟ ਕਰਿੰਦੇ ਪੈਣ ਅਤੇ ਜਿਹੜਾ ਮੋਟਰਸਾਈਕਲ ਦਾ ਉਹਦਾ 4500 44 ਵਿੱਚ ਕਰਿੰਦੇ ਪੈਣ